ਜੈ ਹਿੰਦ ਬਾਈ ਸਾਰੇ ਕੈਂਡੀਡੇਟਸ ਨੂੰ। ਤਾਂ ਇੱਕ ਵਾਰ ਫਿਰ ਆਇਆ ਤੁਹਾਡੇ ਵਾਸਤੇ ਮੋਸਟ ਇੰਪੋਰਟੈਂਟ ਵੀਡੀਓ ਲੈ ਕੇ, ਤੇ ਇਹ ਜੀ ਪੰਜਾਬ ਜੀਕੇ ਦਾ ਥਰਡ ਪਾਰਟ। ਠੀਕ ਹੈ, ਬਿਨਾਂ ਟਾਈਮ ਵੇਸਟ ਕੀਤੇ ਹੋਏ ਸ਼ੁਰੂ ਕਰਦੇ ਹਾਂ। ਪਹਿਲਾ ਕੁਐਸਚਨ ਤੁਹਾਡੀ ਸਕਰੀਨ 'ਤੇ ਲੱਗਿਆ ਹੋਇਆ ਅਤੇ ਪੁੱਛਿਆ ਗਿਆ ਹੈ ਜੀ, ਜਿਸ ਸਥਾਨ 'ਤੇ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਇਆ ਸੀ ਉਸ ਨੂੰ ਕੀ ਕਿਹਾ ਜਾਂਦਾ ਹੈ? ਕੁਐਸਚਨ ਮੁੜ ਤੋਂ ਸੁਣ ਲਓ। ਜਿਸ ਸਥਾਨ 'ਤੇ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਇਆ ਸੀ ਉਸ ਸਥਾਨ ਨੂੰ ਕੀ ਕਿਹਾ ਜਾਂਦਾ ਹੈ? ਤੁਸੀਂ ਦੱਸਣਾ, ਆਪਸ਼ਨ ਤੁਹਾਡੇ ਸਾਹਮਣੇ ਲੱਗੇ ਹੋਏ ਹੈ। ਅਤੇ ਸਹੀ ਜਵਾਬ ਹੈ ਜੀ, ਆਪਸ਼ਨ ਸੀ ਗੁਰਦੁਆਰਾ ਕੇਸਗੜ੍ਹ ਸਾਹਿਬ। ਠੀਕ ਹੈ, ਅੱਗੇ ਚੱਲਦਿਆਂ ਕੁਐਸਚਨ ਨੰਬਰ 26 ਦੀ ਗੱਲ ਕਰਦੇ ਹਾਂ। ਤਾਂ ਪੁੱਛਿਆ ਗਿਆ ਜੀ, ਅਨੰਦਪੁਰ ਸਾਹਿਬ ਕਦੋਂ ਵਸਾਇਆ ਗਿਆ? ਕੁਐਸਚਨ ਮੁੜ ਤੋਂ ਸੁਣ ਲਓ, ਅਨੰਦਪੁਰ ਸਾਹਿਬ ਕਦੋਂ ਵਸਾਇਆ ਗਿਆ, ਤੁਸੀਂ ਦੱਸਣਾ। ਅਤੇ ਸਹੀ ਜਵਾਬ ਹੈ ਜੀ 1665, ਆਪਸ਼ਨ ਏ। ਅੱਗੇ ਚੱਲਿਆ ਨੈਕਸਟ ਕੁਐਸਚਨ ਦੇ ਵੱਲ। ਅਤੇ ਕੁਐਸਚਨ ਨੰਬਰ 27 ਦੇ ਵਿੱਚ ਪੁੱਛਿਆ ਗਿਆ ਜੀ, ਅਨੰਦਪੁਰ ਸਾਹਿਬ ਦੀ ਸਥਾਪਨਾ ਕਿਸ ਨੇ ਕੀਤੀ ਸੀ? ਕੁਐਸਚਨ ਇੱਕ ਵਾਰ ਮੁੜ ਤੋਂ ਸੁਣ ਲਓ, ਅਨੰਦਪੁਰ ਸਾਹਿਬ ਦੀ ਸਥਾਪਨਾ ਕਿਸਨੇ ਕੀਤੀ ਸੀ, ਤੁਸੀਂ ਦੱਸਣਾ। ਅਤੇ ਸਹੀ ਜਵਾਬ ਹੈ ਜੀ ਆਪਸ਼ਨ ਬੀ, ਗੁਰੂ ਤੇਗ ਬਹਾਦਰ ਜੀ ਨੇ। ਠੀਕ ਹੈ, ਅਤੇ ਚੱਲਦੇ ਹਾਂ ਸਵਾਲ ਨੰਬਰ 128 ਦੇ ਵੱਲ। ਅਤੇ ਪੁੱਛਿਆ ਗਿਆ ਜੀ, ਬੰਦਾ ਸਿੰਘ ਬਹਾਦਰ ਦਾ ਸਭ ਤੋਂ ਪਹਿਲਾਂ ਨਾਂ ਕੀ ਸੀ? ਕੁਐਸਚਨ ਇੱਕ ਵਾਰ ਮੁੜ ਤੋਂ ਸੁਣ ਲਓ, ਬੰਦਾ ਸਿੰਘ ਬਹਾਦਰ ਦਾ ਸਭ ਤੋਂ ਪਹਿਲਾਂ ਨਾਂ ਕੀ ਸੀ, ਤੁਸੀਂ ਦੱਸਣਾ। ਅਤੇ ਆਪਸ਼ਨ ਤੁਹਾਡੇ ਸਾਹਮਣੇ ਲੱਗੇ ਹੋਏ ਹੈ, ਜੇ ਪਤਾ ਹੈ ਤਾਂ ਬਾਈ ਕਮੈਂਟ ਕਰਨ ਦੀ ਜ਼ਰੂਰ ਕੋਸ਼ਿਸ਼ ਕਰਿਓ। ਅਤੇ ਸਹੀ ਜਵਾਬ ਹੈ ਜੀ ਆਪਸ਼ਨ ਸੀ, ਸਭ ਤੋਂ ਪਹਿਲਾਂ ਨਾਂ ਜਿਹੜਾ ਹੈ ਉਹ ਸੀ ਲਛਮਣ ਦਾਸ। ਇਸ ਤੋਂ ਬਾਅਦ ਇਹ ਬੈਰਾਗੀ ਬਣੇ ਅਤੇ ਇਹਨਾਂ ਨੂੰ ਬੰਦਾ ਬੈਰਾਗੀ ਕਿਹਾ ਜਾਣ ਲੱਗਿਆ। ਬਾਅਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿੱਤਾ। ਠੀਕ ਹੈ, ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਵੱਲ। ਅਤੇ 129 ਨੰਬਰ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਜੀ, ਬੰਦਾ ਸਿੰਘ ਬਹਾਦਰ ਦਾ ਜਨਮ ਕਦੋਂ ਹੋਇਆ? ਕਾਫੀ ਇੰਪੋਰਟੈਂਟ ਕੁਐਸਚਨ ਹੈ, ਧਿਆਨ ਨਾਲ ਸੁਣ ਲਓ, ਬੰਦਾ ਸਿੰਘ ਬਹਾਦਰ ਦਾ ਜਨਮ ਕਦੋਂ ਹੋਇਆ? ਤਾਂ ਸਹੀ ਜਵਾਬ ਹੈ ਜੀ 1670, ਆਪਸ਼ਨ ਡੀ ਇਸ ਸਵਾਲ ਦਾ ਸਹੀ ਜਵਾਬ ਹੈ। ਬੰਦਾ ਸਿੰਘ ਬਹਾਦਰ ਦਾ ਜਨਮ ਜਿਹੜਾ ਹੈ 1670 ਨੂੰ ਹੋਇਆ। ਚੱਲਦੇ ਨੈਕਸਟ ਕੁਐਸਚਨ ਦੇ ਵੱਲ। ਅਤੇ ਪੁੱਛਿਆ ਗਿਆ ਹੈ ਜੀ, ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਕਿੰਨੇ ਤੀਰ ਦਿੱਤੇ ਸੀ? ਕੁਐਸਚਨ ਇੱਕ ਵਾਰ ਮੁੜ ਤੋਂ ਸੁਣ ਲਓ, ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਕਿੰਨੇ ਤੀਰ ਦਿੱਤੇ ਸੀ, ਤੁਸੀਂ ਦੱਸਣਾ। ਅਤੇ ਸਹੀ ਜਵਾਬ ਹੈ ਜੀ ਆਪਸ਼ਨ ਏ, 5 ਤੀਰ। ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਬਹਾਦਰ ਨੂੰ 5 ਤੀਰ ਦੇ ਕੇ ਪੰਜਾਬ ਦੇ ਵੱਲ ਤੋਰਿਆ ਸੀ। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਵੱਲ। ਅਤੇ ਕੁਐਸਚਨ ਨੰਬਰ 131 ਵਿੱਚ ਪੁੱਛਿਆ ਗਿਆ ਜੀ, ਸਿੱਖਾਂ ਦੇ ਸਿੱਕੇ ਸਭ ਤੋਂ ਪਹਿਲਾਂ ਕਿਸ ਨੇ ਜਾਰੀ ਕੀਤੇ ਸੀ? ਕੁਐਸਚਨ ਇੱਕ ਵਾਰ ਮੁੜ ਤੋਂ ਸੁਣ ਲਓ, ਸਿੱਖਾਂ ਦੇ ਸਿੱਕੇ ਸਭ ਤੋਂ ਪਹਿਲਾਂ ਕਿਸ ਨੇ ਜਾਰੀ ਕੀਤੇ ਸੀ, ਤੁਸੀਂ ਦੱਸਣਾ। ਅਤੇ ਸਹੀ ਜਵਾਬ ਹੈ ਜੀ ਆਪਸ਼ਨ ਡੀ, ਬੰਦਾ ਸਿੰਘ ਬਹਾਦਰ। ਬੰਦਾ ਸਿੰਘ ਬਹਾਦਰ ਨੇ ਹੀ ਸਿੱਕੇ ਜਾਰੀ ਕੀਤੇ ਸੀ। ਅੱਗੇ ਚੱਲਦੇ ਹਾਂ ਸਵਾਲ ਨੰਬਰ 132। ਪੁੱਛਿਆ ਗਿਆ ਜੀ, ਬੰਦਾ ਸਿੰਘ ਬਹਾਦਰ ਨੂੰ ਕਦੋਂ ਸ਼ਹੀਦ ਕੀਤਾ ਗਿਆ? ਕੁਐਸਚਨ ਇੱਕ ਵਾਰ ਮੁੜ ਤੋਂ ਸੁਣ ਲਓ, ਬੰਦਾ ਸਿੰਘ ਬਹਾਦਰ ਨੂੰ ਕਦੋਂ ਸ਼ਹੀਦ ਕੀਤਾ ਗਿਆ, ਤੁਸੀਂ ਦੱਸਣਾ। ਅਤੇ ਸਹੀ ਜਵਾਬ ਹੈ ਜੀ 1716। 1716 ਨੂੰ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਦੇ ਵੱਲ ਅਤੇ ਕੁਐਸਚਨ ਨੰਬਰ ਹੈ ਜੀ 134। ਪੁੱਛਿਆ ਗਿਆ ਜੀ, ਬੁੱਢਾ ਦਲ ਅਤੇ ਤਰਣਾ ਦਲ ਦਾ ਆਗੂ ਕੌਣ ਸੀ? ਕੁਐਸਚਨ ਇੱਕ ਵਾਰ ਮੁੜ ਤੋਂ ਸੁਣ ਲਓ, ਬੁੱਢਾ ਦਲ ਅਤੇ ਤਰਣਾ ਦਲ ਦਾ ਆਗੂ ਕੌਣ ਸੀ? ਤਾਂ ਸਹੀ ਜਵਾਬ ਹੈ ਜੀ ਆਪਸ਼ਨ ਸੀ, ਨਵਾਬ ਕਪੂਰ ਸਿੰਘ। ਨਵਾਬ ਕਪੂਰ ਹੀ ਬੁੱਢਾ ਦਲ ਦਾ ਆਗੂ ਸੀ ਅਤੇ ਨਵਾਬ ਕਪੂਰ ਸਿੰਘ ਹੀ ਤਰਣਾ ਦਲ ਦਾ ਆਗੂ ਸੀ। ਅੱਗੇ ਚੱਲਦੇ ਹਾਂ ਸਵਾਲ ਨੰਬਰ 135 ਦੇ ਵੱਲ। ਪੁੱਛਿਆ ਗਿਆ ਜੀ, ਕਿਹੜਾ ਦਲ ਫੌਜੀ ਹਮਲਿਆਂ ਦੇ ਨਾਲ ਨਜਿੱਠਣ ਦਾ ਕੰਮ ਕਰਦਾ ਸੀ? ਕੁਐਸਚਨ ਮੁੜ ਤੋਂ ਸੁਣ ਲਓ, ਕਿਹੜਾ ਦਲ ਫੌਜੀ ਹਮਲਿਆਂ ਦੇ ਨਾਲ ਨਜਿੱਠਣ ਦਾ ਕੰਮ ਕਰਦਾ ਸੀ? ਤਾਂ ਜੇ ਪਤਾ ਬਾਈ ਜ਼ਰੂਰ ਕਮੈਂਟ ਕਰਕੇ ਦੱਸਿਓ। ਅਤੇ ਸਹੀ ਜਵਾਬ ਹੈ ਜੀ ਆਪਸ਼ਨ ਬੀ, ਤਰੁਣਾ ਦਲ। ਤਰੁਣਾ ਦਲ ਜਿਹੜਾ ਹੈ ਇਹ ਫੌਜੀ ਹਮਲਿਆਂ ਤੋਂ ਨਜਿੱਠਣ ਦਾ ਕੰਮ ਕਰਦਾ ਸੀ। ਜੇ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਵੱਲ। ਅਤੇ ਕੁਐਸਚਨ ਨੰਬਰ ਹੈ ਜੀ 136। ਪੁੱਛਿਆ ਗਿਆ, ਬੰਦਾ ਸਿੰਘ ਬਹਾਦਰ ਨੂੰ ਕਿਹੜੇ ਮੁਗਲ ਬਾਦਸ਼ਾਹ ਨੇ ਸ਼ਹੀਦ ਕੀਤਾ ਸੀ? ਕੁਐਸਚਨ ਇੱਕ ਵਾਰ ਮੁੜ ਤੋਂ ਸੁਣ ਲਓ, ਬੰਦਾ ਸਿੰਘ ਬਹਾਦਰ ਨੂੰ ਕਿਹੜੇ ਮੁਗਲ ਬਾਦਸ਼ਾਹ ਨੇ ਸ਼ਹੀਦ ਕੀਤਾ ਸੀ? ਤਾਂ ਆਪਸ਼ਨ ਤੁਹਾਡੇ ਸਾਹਮਣੇ ਲੱਗੇ ਹੋਏ, ਜੇ ਪਤਾ ਬਾਈ ਜ਼ਰੂਰ ਕਮੈਂਟ ਕਰਕੇ ਦੱਸਿਓ। ਅਤੇ ਸਹੀ ਜਵਾਬ ਬਣਦਾ ਹੈ ਜੀ ਆਪਸ਼ਨ ਡੀ, ਫਰੁਖਸੀਅਰ। ਫਰੁਖਸੀਅਰ ਦੇ ਆਦੇਸ਼ ਦੇ ਉੱਤੇ ਹੀ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਅੱਗੇ ਚੱਲਦੇ ਹਾਂ, ਮੋਸਟ ਇੰਪੋਰਟੈਂਟ ਕੁਐਸਚਨ ਆ ਚੁੱਕਿਆ ਜੀ। ਪੁੱਛਿਆ ਗਿਆ, ਛੋਟਾ ਘੱਲੂਘਾਰਾ ਕਦੋਂ ਹੋਇਆ? ਕੁਐਸਚਨ ਇੱਕ ਵਾਰ ਮੁੜ ਤੋਂ ਸੁਣ ਲਓ, ਛੋਟਾ ਘੱਲੂਘਾਰਾ ਕਦੋਂ ਹੋਇਆ, ਤੁਸੀਂ ਦੱਸਣਾ। ਆਪਸ਼ਨ ਤੁਹਾਡੇ ਸਾਹਮਣੇ ਲੱਗੇ ਹੋਏ ਹੈ। ਅਤੇ ਸਹੀ ਜਵਾਬ ਹੈ ਜੀ ਆਪਸ਼ਨ ਏ, 1746। ਛੋਟਾ ਘੱਲੂਘਾਰਾ ਜਿਹੜਾ ਹੈ 2 ਮਈ 1746 ਨੂੰ ਹੋਇਆ ਸੀ। ਅੱਗੇ ਚੱਲਦੇ ਹਾਂ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਦੀ। ਤਾਂ ਪੁੱਛਿਆ ਗਿਆ ਜੀ, ਪਹਿਲੇ ਜਾਂ ਛੋਟੇ ਘੱਲੂਘਾਰੇ ਵਿੱਚ ਕਿੰਨੇ ਸਿੱਖ ਸ਼ਹੀਦ ਹੋਏ ਸੀ? ਜਿਹੜਾ ਪਹਿਲਾ ਘੱਲੂਘਾਰਾ ਸੀ ਉਹਨੂੰ ਹੀ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ, ਅਤੇ ਤੁਸੀਂ ਦੱਸਣਾ ਹੈ ਕਿ ਉਸ ਦੇ ਵਿੱਚ ਕਿੰਨੇ ਸਿੱਖ ਸ਼ਹੀਦ ਹੋਏ ਸੀ।
ਤਾਂ ਸਹੀ ਜਵਾਬ ਹੈ ਜੀ ਆਪਸ਼ਨ ਸੀ 7000 ਸਿੱਖ ਉਸ ਦੇ ਵਿੱਚ ਸ਼ਹੀਦ ਹੋ ਗਏ ਸੀ। ਅੱਗੇ ਚੱਲਦੇ ਹਾਂ 139 ਨੰਬਰ ਕੁਐਸਚਨ ਦੇ ਵੱਲ। ਪੁੱਛਿਆ ਗਿਆ ਜੀ ਛੁੱਟੇ ਘੱਲੂਘਾਰੇ ਸਮੇਂ ਪੰਜਾਬ ਦਾ ਗਵਰਨਰ ਕੌਣ ਸੀ? ਕੁਐਸਚਨ ਇੱਕ ਵਾਰ ਮੁੜ ਤੋਂ ਸੁਣ ਲਓ, ਛੋਟੇ ਘੱਲੂਘਾਰੇ ਸਮੇਂ ਪੰਜਾਬ ਦਾ ਗਵਰਨਰ ਕੌਣ ਸੀ? ਜੇ ਪਤਾ ਬਈ ਜ਼ਰੂਰ ਕਮੈਂਟ ਕਰਕੇ ਦੱਸਿਓ। ਅਤੇ ਸਹੀ ਜਵਾਬ ਬਣਦਾ ਹੈ ਜੀ ਆਪਸ਼ਨ ਏ ਯਹੀਆ ਖਾਨ। ਯਹੀਆ ਖਾਨ ਜਿਹੜਾ ਹੈ ਦੋਸਤੋ ਛੋਟੇ ਘੱਲੂਘਾਰੇ ਸਮੇਂ ਪੰਜਾਬ ਦਾ ਗਵਰਨਰ ਸੀ। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਵੱਲ। ਅਤੇ ਕੁਐਸਚਨ ਨੰਬਰ ਹੈ ਜੀ 140। ਪੁੱਛਿਆ ਗਿਆ ਜੀ ਵੱਡਾ ਘੱਲੂਘਾਰਾ ਕਦੋਂ ਹੋਇਆ? ਇਹ ਵੀ ਮੋਸਟ ਇੰਪੋਰਟੈਂਟ ਕੁਐਸਚਨ ਹੈ। ਛੋਟਾ ਅਤੇ ਵੱਡਾ ਦੋਵੇਂ ਘੱਲੂਘਾਰੇ ਜਿਹੜੇ, ਤੁਸੀਂ ਇਹਨਾਂ ਦੀ ਡੇਟ, ਇਹਨਾਂ ਦਾ ਪੈਲੇਸ ਜ਼ਰੂਰ ਯਾਦ ਕਰ ਲੈਣਾ, ਠੀਕ ਹੈ? ਤਾਂ ਇਸ ਦਾ ਜਿਹੜਾ ਸਹੀ ਜਵਾਬ ਆ ਕਮੈਂਟ ਕਰਕੇ ਜ਼ਰੂਰ ਦੱਸੋ। ਸਹੀ ਜਵਾਬ ਬਣਦਾ ਜੀ 1762। ਵੱਡਾ ਜਿਹੜਾ ਘੱਲੂਘਾਰਾ ਹੈ 1762 ਦੇ ਵਿੱਚ ਹੋਇਆ ਸੀ, ਛੋਟਾ ਹੋਇਆ ਜੀ 1746 ਦੇ ਵਿੱਚ, ਠੀਕ ਹੈ। ਕੁਐਸਚਨ ਨੰਬਰ 141 ਦੇ ਵਿੱਚ ਬਾਈ ਪੁੱਛਿਆ ਗਿਆ ਹੈ ਛੋਟਾ ਘੱਲੂਘਾਰਾ ਕਿੱਥੇ ਹੋਇਆ, ਯਾਨੀ ਕਿ ਛੋਟੇ ਘੱਲੂਘਾਰੇ ਦਾ ਪੈਲੇਸ ਇਹਨਾਂ ਨੇ ਪੁੱਛਿਆ, ਤੁਸੀਂ ਦੱਸੋ ਫਟਾਫਟ ਕਮੈਂਟ ਕਰਕੇ। ਆਪਸ਼ਨ ਬੀ ਕਾਨੂੰਵਾਲ ਦੇ ਵਿੱਚ ਛੋਟਾ ਘੱਲੂਘਾਰਾ ਹੋਇਆ ਸੀ, ਅਤੇ ਕਾਨੂੰਵਾਲ ਜਿਹੜਾ ਹੈ ਇਹ ਪੈਂਦਾ ਜੀ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ। ਅੱਗੇ ਚੱਲਦੇ ਹਾਂ ਸਵਾਲ ਨੰਬਰ 142 ਦੇ ਵੱਲ। ਪੁੱਛਿਆ ਗਿਆ ਜੀ ਵੱਡਾ ਘੱਲੂਘਾਰਾ ਕਿੱਥੇ ਹੋਇਆ? ਹੁਣ ਤੁਸੀਂ ਵੱਡੇ ਘੱਲੂਘਾਰੇ ਦਾ ਜਿਹੜਾ ਥਾਂ ਹੈ ਉਹ ਦੱਸਣਾ, ਵੱਡਾ ਘੱਲੂਘਾਰਾ ਕਿੱਥੇ ਹੋਇਆ ਸੀ? ਤਾਂ ਇਹ ਹੋਇਆ ਸੀ ਜੀ ਮਲੇਰਕੋਟਲਾ ਦੇ ਵਿੱਚ। ਆਪਸ਼ਨ ਏ ਇਸਦਾ ਸਹੀ ਜਵਾਬ ਹੈ, ਠੀਕ ਹੈ। ਅਤੇ ਮਲੇਰਕੋਟਲਾ ਜਿਹੜਾ ਹੈ ਇਹ ਪੈਂਦਾ ਜੀ ਜ਼ਿਲ੍ਹਾ ਸੰਗਰੂਰ ਦੇ ਵਿੱਚ। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਵੱਲ। ਕੁਐਸਚਨ ਨੰਬਰ 143 ਪੁੱਛਿਆ ਗਿਆ ਜੀ ਮਿਸਲਦਾਰੀ ਪ੍ਰਣਾਲੀ ਕਦੋਂ ਹੋਣ ਦੇ ਵਿੱਚ ਆਈ? ਮੋਸਟ ਇੰਪੋਰਟੈਂਟ ਕੁਐਸਚਨ, ਫਟਾਫਟ ਤੁਸੀਂ ਜਵਾਬ ਦੇਣ ਦੀ ਕੋਸ਼ਿਸ਼ ਕਰੋ। ਕੁਐਸਚਨ ਜਿਹੜਾ ਉਹ ਵੀ ਇੱਕ ਵਾਰ ਸੁਣ ਲਓ, ਮਿਸਲਦਾਰੀ ਪ੍ਰਣਾਲੀ ਕਦੋਂ ਹੋਣ ਦੇ ਵਿੱਚ ਆਈ? ਇਹ ਮਿਸਲ ਪ੍ਰਥਾ ਤੁਸੀਂ ਕਹਿ ਲਓ, ਮਿਸਲ ਪ੍ਰਣਾਲੀ ਕਹਿ ਲਓ, ਇਹ ਕਦੋਂ ਹੋਣ ਦੇ ਵਿੱਚ ਆਈ ਸੀ ਜੀ? ਤਾਂ ਸਹੀ ਜਵਾਬ ਹੈ ਜੀ 1764। ਆਪਸ਼ਨ ਸੀ ਇਸ ਸਵਾਲ ਦਾ ਸਹੀ ਜਵਾਬ ਹੈ। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਵੱਲ। ਅਤੇ ਪੁੱਛਿਆ ਗਿਆ ਜੀ ਮਿਸ਼ਲ ਸ਼ਬਦ ਤੋਂ ਕੀ ਭਾਵ ਹੈ? ਕੁਐਸਚਨ ਇੱਕ ਵਾਰ ਮੁੜ ਤੋਂ ਸੁਣ ਲਓ, ਮਿਸ਼ਲ ਸ਼ਬਦ ਤੋਂ ਕੀ ਭਾਵ ਹੈ ਤੁਸੀਂ ਦੱਸਣਾ? ਤਾਂ ਸਹੀ ਜਵਾਬ ਹੈ ਜੀ ਆਪਸ਼ਨ ਏ ਸੰਗਠਨ। ਮਿਸ਼ਲ ਸ਼ਬਦ ਦਾ ਜਿਹੜਾ ਭਾਵ ਹੈ, ਜਿਹੜਾ ਅਰਥ ਹੈ, ਉਹ ਹੁੰਦਾ ਜੀ ਸੰਗਠਨ ਤੋਂ, ਠੀਕ ਹੈ। ਅੱਗੇ ਚੱਲਦੇ ਹਾਂ ਸਵਾਲ ਨੰਬਰ 145। ਪੁੱਛਿਆ ਗਿਆ ਜੀ ਪੰਜਾਬ ਦੇ ਵਿੱਚ ਕਿੰਨੀ ਮਿਸਲਾਂ ਸਨ? ਜਿਹੜਾ ਆਪਣਾ ਪੁਰਾਣਾ ਪੰਜਾਬ ਸੀ ਉਸ ਦੇ ਵਿੱਚ ਕਿੰਨੀ ਮਿਸਲਾਂ ਸੀ ਤੁਸੀਂ ਦੱਸਣਾ? ਆਪਸ਼ਨ ਤੁਹਾਡੇ ਸਾਹਮਣੇ ਲੱਗੇ ਹੋਏ ਆ, ਅਤੇ ਜਿਹੜਾ ਸਹੀ ਜਵਾਬ ਬਣਦਾ ਹੈ ਜੀ ਉਹ ਬਣਦਾ ਆਪਸ਼ਨ ਬੀ 12 ਮਿਸਲਾਂ, ਠੀਕ ਹੈ। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਵੱਲ। ਅਤੇ ਇੱਥੇ ਪੁੱਛਿਆ ਜੀ ਮਹਾਰਾਜਾ ਰਣਜੀਤ ਸਿੰਘ ਕਿਹੜੀ ਮਿਸਲ ਦੇ ਨਾਲ ਸੰਬੰਧਿਤ ਸੀ? ਮੋਸਟ ਇੰਪੋਰਟੈਂਟ ਕੁਐਸਚਨ, ਸਟਾਰ ਲਾ ਕੇ ਤੁਸੀਂ ਇਹਨੂੰ ਨੋਟ ਡਾਊਨ ਕਰ ਲਿਓ। ਮਹਾਰਾਜਾ ਰਣਜੀਤ ਸਿੰਘ ਕਿਹੜੀ ਮਿਸਲ ਦੇ ਨਾਲ ਸੰਬੰਧਿਤ ਸੀ? ਅਤੇ ਜਿਹੜਾ ਸਹੀ ਜਵਾਬ ਹੈ ਜੀ ਆਪਸ਼ਨ ਡੀ ਸੁੱਕਰ ਚੱਕੀਆ ਮਿਸਲ ਦੇ ਨਾਲ ਇਹ ਸੰਬੰਧਿਤ ਸੀ ਮਹਾਰਾਜਾ ਰਣਜੀਤ ਸਿੰਘ। ਤਾਂ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਵੱਲ। ਕੁਐਸਚਨ ਨੰਬਰ 147, ਇਹ ਵੀ ਤੁਸੀਂ 2 star ਲਾ ਕੇ ਨੋਟ ਕਰ ਲਿਓ। ਸ਼ੇਰੇ ਪੰਜਾਬ ਕਿਸ ਨੂੰ ਕਿਹਾ ਜਾਂਦਾ ਹੈ? ਕੁਐਸਚਨ ਇੱਕ ਵਾਰ ਮੁੜ ਤੋਂ ਸੁਣ ਲਓ, ਸ਼ੇਰੇ ਪੰਜਾਬ ਕਿਸ ਨੂੰ ਕਿਹਾ ਜਾਂਦਾ ਹੈ ਤੁਸੀਂ ਦੱਸਣਾ? ਆਪਸ਼ਨ ਤੁਹਾਡੇ ਸਾਹਮਣੇ ਲੱਗੇ ਹੋਏ ਹੈ, ਅਤੇ ਸਹੀ ਜਵਾਬ ਜਿਹੜਾ ਹੈ ਦੋਸਤੋ ਇਹ ਹੈ ਜੀ ਮਹਾਰਾਜਾ ਰਣਜੀਤ ਸਿੰਘ, ਆਪਸ਼ਨ ਬੀ। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਵੱਲ। ਅਤੇ ਕੁਐਸਚਨ ਨੰਬਰ ਹੈ ਜੀ 148। ਪੁੱਛਿਆ ਗਿਆ ਜੀ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ? ਕੁਐਸਚਨ ਇੱਕ ਵਾਰ ਮੁੜ ਤੋਂ ਸੁਣ ਲਓ, ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ? ਤਾਂ ਸਹੀ ਜਵਾਬ ਹੈ ਜੀ 1780। 1780 ਨੂੰ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀ, ਅਤੇ 92 ਨੂੰ ਇਹਨਾਂ ਨੂੰ ਗੱਦੀ ਵੀ ਮਿਲ ਗਈ ਸੀ। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਵੱਲ। ਅਤੇ ਕੁਐਸਚਨ ਨੰਬਰ ਹੈ ਜੀ 149। ਪੁੱਛਿਆ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਕੀ ਨਾਂ ਸੀ? ਕੁਐਸਚਨ ਇੱਕ ਵਾਰ ਮੁੜ ਤੋਂ ਸੁਣ ਲਓ, ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਕੀ ਨਾਂ ਸੀ ਤੁਸੀਂ ਦੱਸਣਾ? ਅਤੇ ਜਿਹੜਾ ਸਹੀ ਜਵਾਬ ਹੈ, ਜੇ ਪਤਾ ਤਾਂ ਬਾਈ ਕਮੈਂਟ ਕਰਕੇ ਦੱਸ ਦਿਓ, ਨਹੀਂ ਤਾਂ ਸੁਣ ਲਓ ਧਿਆਨ ਨਾਲ। ਆਪਸ਼ਨ ਬੀ ਇਸ ਸਵਾਲ ਦਾ ਸਹੀ ਜਵਾਬ ਹੈ, ਸਰਦਾਰ ਮਹਾਂ ਸਿੰਘ ਜਿਹੜੇ ਹੈ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸੀ। ਅੱਗੇ ਚੱਲਦੇ ਹਾਂ ਸਵਾਲ ਨੰਬਰ ਹੈ ਜੀ 150। ਅਤੇ ਪੁੱਛਿਆ ਗਿਆ ਜੀ ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਦਾ ਕੀ ਨਾਂ ਸੀ? ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ, ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਦਾ ਕੀ ਨਾਂ ਸੀ? ਅਤੇ ਸਹੀ ਜਵਾਬ ਬਣਦਾ ਹੈ ਜੀ ਬੁੱਧ ਸਿੰਘ। ਆਪਸ਼ਨ ਸੀ ਇਸ ਸਵਾਲ ਦਾ ਸਹੀ ਜਵਾਬ ਹੈ, ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਦਾ ਨਾਂ ਬੁੱਧ ਸਿੰਘ ਸੀ, ਅਤੇ ਬੁੱਧ ਸਿੰਘ ਨਾਂ ਦੇ ਬੰਦੇ ਨੇ ਹੀ ਸੁੱਕਰ ਚੱਕਿਆ ਮਿਸਲ ਸਥਾਪਿਤ ਕੀਤੀ ਸੀ। ਤਾਂ ਇਹ ਕਾਫੀ ਇੰਪੋਰਟੈਂਟ ਡੇਟਾ, ਧਿਆਨ ਦੇ ਵਿੱਚ ਰੱਖਿਓ। ਆਪਾਂ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਵੱਲ। ਅਤੇ ਕੁਐਸਚਨ ਨੰਬਰ ਹੈ ਜੀ 151। ਪੁੱਛਿਆ ਗਿਆ ਜੀ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਕਦੋਂ ਜਿੱਤਿਆ? ਮੋਸਟ ਇੰਪੋਰਟੈਂਟ ਕੁਐਸਚਨ ਆ ਗਿਆ ਜੀ, ਧਿਆਨ ਨਾਲ ਸੁਣ ਲਓ, ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਕਦੋਂ ਜਿੱਤਿਆ ਤੁਸੀਂ ਦੱਸਣਾ? ਅਤੇ ਆਪਸ਼ਨ ਬੀ ਇਸ ਸਵਾਲ ਦਾ ਸਹੀ ਜਵਾਬ ਬਣਦਾ ਹੈ ਜੀ 1799 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਜਿੱਤਿਆ ਸੀ। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਵੱਲ। ਅਤੇ ਪੁੱਛਿਆ ਜੀ ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਜਿੱਤ ਕਿਹੜੀ ਸੀ? ਕੁਐਸਚਨ ਧਿਆਨ ਨਾਲ ਸੁਣ ਲਓ, ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਜਿੱਤ ਕਿਹੜੀ ਸੀ ਤੁਸੀਂ ਦੱਸਣਾ? ਆਪਸ਼ਨ ਤੁਹਾਡੇ ਸਾਹਮਣੇ ਲੱਗੇ ਹੋਏ ਹੈ।
ਤਾਂ ਪਹਿਲੀ ਜਿੱਤ ਬਈ ਲਾਹੌਰ ਦੀ ਸੀ, ਠੀਕ ਹੈ, 1799 ਵਾਲੀ, ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਜਿੱਤਿਆ ਸੀ ਭੰਗੀ ਸਰਦਾਰ ਨੂੰ ਹਰਾ ਕੇ। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਵੱਲ, ਅਤੇ ਕੁਐਸਚਨ ਨੰਬਰ ਹੈ ਜੀ 153। ਪੁੱਛਿਆ ਕਿ ਜੀ ਮਹਾਰਾਜਾ ਰਣਜੀਤ ਸਿੰਘ ਨੇ ਕਿਹੜੇ ਸਿੱਕੇ ਜਾਰੀ ਕੀਤੇ ਸੀ? ਕੁਐਸਚਨ ਇੱਕ ਵਾਰ ਮੁੜ ਤੋਂ ਸੁਣ ਲਓ, ਮਹਾਰਾਜਾ ਰਣਜੀਤ ਸਿੰਘ ਨੇ ਕਿਹੜੇ ਸਿੱਕੇ ਜਾਰੀ ਕੀਤੇ ਸੀ ਤੁਸੀਂ ਦੱਸਣਾ? ਆਪਸ਼ਨ ਤੁਹਾਡੇ ਸਾਹਮਣੇ ਲੱਗੇ ਹੋਏ ਹੈ, ਅਤੇ ਸਹੀ ਜਵਾਬ ਹੈ ਜੀ ਆਪਸ਼ਨ ਬੀ, ਨਾਨਕ ਸ਼ਾਹੀ ਸਿੱਕੇ। ਠੀਕ ਹੈ, ਅੱਗੇ ਚੱਲਦੇ ਹਾਂ, ਸਵਾਲ ਨੰਬਰ ਹੈ ਜੀ 154। ਪੁੱਛਿਆ ਗਿਆ ਰਣਜੀਤ ਸਿੰਘ ਨੇ ਕਿਹੜੇ ਦੋ ਯੂਰੋਪੀਅਨ ਅਧਿਕਾਰੀ ਰੱਖੇ ਸੀ? ਕੁਐਸਚਨ ਇੱਕ ਵਾਰ ਮੋੜ ਤੋਂ ਸੁਣ ਲਓ, ਰਣਜੀਤ ਸਿੰਘ ਨੇ ਕਿਹੜੇ ਦੋ ਯੂਰੋਪੀਅਨ ਅਧਿਕਾਰੀ ਜਿਹੜੇ ਆਪਣੀ ਸੈਨਾ ਦੇ ਵਿੱਚ ਰੱਖੇ ਸੀ ਤੁਸੀਂ ਦੱਸਣਾ? ਅਤੇ ਸਹੀ ਜਵਾਬ ਹੈ ਜੀ ਆਪਸ਼ਨ ਡੀ, ਵੈਂਚੁਰਾ ਅਤੇ ਏਲਾਰਡ। ਇਹ ਜੋ ਅਧਿਕਾਰੀ ਸੀ ਯੂਰੋਪੀਅਨ, ਇਹ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਦੇ ਵਿੱਚ ਸ਼ਾਮਲ ਸੀ। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਵੱਲ, ਅਤੇ ਕੁਐਸਚਨ ਨੰਬਰ ਹੈ ਜੀ 155। ਪੁੱਛਿਆ ਗਿਆ ਜੀ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਨਿਰਮਾਣ ਕਿਹਨੇ ਕਰਵਾਇਆ ਸੀ? ਕੁਐਸਚਨ ਇੱਕ ਵਾਰ ਮੁੜ ਤੋਂ ਸੁਣ ਲਓ, ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਨਿਰਮਾਣ ਕਿਸਨੇ ਕਰਵਾਇਆ ਸੀ ਤੁਸੀਂ ਦੱਸਣਾ? ਅਤੇ ਸਹੀ ਜਵਾਬ ਹੈ ਜੀ ਆਪਸ਼ਨ ਬੀ, ਰਣਜੀਤ ਸਿੰਘ ਨੇ। ਠੀਕ ਹੈ, ਮਹਾਰਾਜਾ ਰਣਜੀਤ ਸਿੰਘ ਨੇ ਹੀ ਤਖ਼ਤ ਸ੍ਰੀ ਪਟਨਾ ਦਾ ਨਿਰਮਾਣ ਕਰਵਾਇਆ ਅਤੇ ਇਹਨਾਂ ਨੇ ਹੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਨਿਰਮਾਣ ਕਰਵਾਇਆ। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਵੱਲ, ਅਤੇ ਕੁਐਸਚਨ ਨੰਬਰ ਹੈ ਜੀ 156। ਪੁੱਛਿਆ ਗਿਆ ਹਰਿਮੰਦਰ ਸਾਹਿਬ ਦੀਆਂ ਕੰਧਾਂ 'ਤੇ ਲੱਗੀ ਸੋਨੇ ਦੀਆਂ ਪਲੇਟਾਂ ਕਿਸਨੇ ਦਾਨ ਦਿੱਤੀ ਸੀ? ਕੁਐਸਚਨ ਇੱਕ ਵਾਰ ਮੁੜ ਤੋਂ ਸੁਣ ਲਓ, ਹਰਿਮੰਦਰ ਸਾਹਿਬ ਦੀਆਂ ਕੰਧਾਂ 'ਤੇ ਲੱਗੀਆਂ ਸੋਨੇ ਦੀ ਪਲੇਟਾਂ ਕਿਸਨੇ ਦਾਨ ਦਿੱਤੀ ਸੀ ਤੁਸੀਂ ਦੱਸਣਾ? ਤਾਂ ਆਪਸ਼ਨ ਤੁਹਾਡੇ ਸਾਹਮਣੇ ਲੱਗਿਆ ਹੋਇਆ, ਸਹੀ ਜਵਾਬ ਬਣਦਾ ਹੈ ਜੀ ਆਪਸ਼ਨ ਬੀ, ਮਹਾਰਾਜਾ ਰਣਜੀਤ ਸਿੰਘ। ਠੀਕ ਹੈ, ਰਣਜੀਤ ਸਿੰਘ ਜੀ ਨੇ ਹੀ ਇਹ ਜਿਹੜੀ ਸੋਨੇ ਦੀ ਪਲੇਟਾਂ ਹੈ ਇਹ ਦਾਨ ਦਿੱਤੀ ਸੀ ਹਰਿਮੰਦਰ ਸਾਹਿਬ ਦੇ ਵਿੱਚ ਲਗਾਉਣ ਵਾਸਤੇ। ਅੱਗੇ ਚੱਲਦੇ ਹਾਂ 157 ਨੰਬਰ ਕੁਐਸਚਨ ਦੇ ਵੱਲ, ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ? ਕੁਐਸਚਨ ਇੱਕ ਵਾਰ ਮੁੜ ਤੋਂ ਸੁਣ ਲਓ, ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ਤੁਸੀਂ ਦੱਸਣਾ? ਜੇ ਜਵਾਬ ਪਤਾ ਤਾਂ ਬਈ ਫਟਾਫਟ ਕਮੈਂਟ ਕਰ ਦਿਓ, ਨਹੀਂ ਤਾਂ ਇਸਦਾ ਜਵਾਬ ਤੁਸੀਂ 2 ਸਟਾਰ ਲਾ ਕੇ ਨੋਟ ਕਰ ਲਓ। ਅੰਮ੍ਰਿਤਸਰ ਦੀ ਜਿਹੜੀ ਸੰਧੀ ਹੈ 1809 ਨੂੰ ਹੋਈ ਸੀ ਆਪਣੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਵਿਚਾਲੇ। ਠੀਕ ਹੈ, ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਵੱਲ, ਅਤੇ ਪੁੱਛਿਆ ਗਿਆ ਜੀ ਰਣਜੀਤ ਸਿੰਘ ਨੇ ਕਦੋਂ ਆਪਣੇ ਆਪ ਨੂੰ ਪੰਜਾਬ ਦਾ ਮਹਾਰਾਜਾ ਘੋਸ਼ਿਤ ਕੀਤਾ ਸੀ? ਕੁਐਸਚਨ ਇੱਕ ਵਾਰ ਮੁੜ ਤੋਂ ਸੁਣ ਲਓ, ਰਣਜੀਤ ਸਿੰਘ ਨੇ ਕਦੋਂ ਆਪਣੇ ਆਪ ਨੂੰ ਪੰਜਾਬ ਦਾ ਮਹਾਰਾਜਾ ਘੋਸ਼ਿਤ ਕੀਤਾ ਸੀ ਤੁਸੀਂ ਦੱਸਣਾ? ਅਤੇ ਇੱਥੇ ਜਿਹੜੀਆਂ ਮਾੜੀ ਜਿਹੀ ਮਿਸਟੇਕ ਹੋਈ ਹੈ ਇਹਨੂੰ ਤੁਸੀਂ ਠੀਕ ਕਰ ਲਿਓ। ਤਾਂ ਸਹੀ ਜਵਾਬ ਹੈ ਜੀ 1801। 1801 ਨੂੰ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਪੰਜਾਬ ਦਾ ਮਹਾਰਾਜਾ ਘੋਸ਼ਿਤ ਕੀਤਾ ਸੀ। ਅੱਗੇ ਚੱਲਦੇ ਹਾਂ 159 ਨੰਬਰ ਸਵਾਲ, ਪੁੱਛਿਆ ਗਿਆ ਜੀ ਮਹਾਰਾਜਾ ਰਣਜੀਤ ਸਿੰਘ ਕੋਹੀਨੂਰ ਹੀਰਾ ਕਿੱਥੇ ਧਾਰਨ ਕਰਦੇ ਸੀ? ਮੋਸਟ ਇੰਪੋਰਟੈਂਟ ਕੁਐਸਚਨ ਬਣ ਸਕਦਾ ਹੈ, ਧਿਆਨ ਨਾਲ ਸੁਣ ਲਓ, ਮਹਾਰਾਜਾ ਰਣਜੀਤ ਸਿੰਘ ਕੋਹੀਨੂਰ ਹੀਰਾ ਕਿੱਥੇ ਧਾਰਨ ਕਰਦੇ ਸੀ ਤੁਸੀਂ ਦੱਸਣਾ? ਅਤੇ ਆਪਸ਼ਨ ਤੁਹਾਡੇ ਸਾਹਮਣੇ ਲੱਗੇ ਹੋਏ ਹੈ। ਸਹੀ ਜਵਾਬ ਬਣਦਾ ਹੈ ਜੀ ਆਪਸ਼ਨ ਸੀ, ਬਾਂਹ ਦੇ ਉੱਤੇ। ਮਹਾਰਾਜਾ ਰਣਜੀਤ ਸਿੰਘ ਜਿਹੜਾ ਕੋਹੀਨੂਰ ਹੀਰਾ ਹੈ ਉਹ ਬਈ ਸਿਰ ਦੇ ਉੱਤੇ ਨਹੀਂ ਲਾਉਂਦੇ ਸੀ, ਬਾਂਹ ਦੇ ਉੱਤੇ ਧਾਰਨ ਕਰਦੇ ਸੀ। ਠੀਕ ਹੈ, ਤਾਂ ਸਹੀ ਜਵਾਬ ਹੋ ਜਾਂਦਾ ਜੀ ਆਪਸ਼ਨ ਸੀ। ਅੱਗੇ ਚੱਲਦੇ ਹਾਂ, ਸਵਾਲ ਨੰਬਰ ਹੈ ਜੀ 160। ਪੁੱਛਿਆ ਗਿਆ ਜੀ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਕਦੋਂ ਜਿੱਤਿਆ? ਮੋਸਟ ਇੰਪੋਰਟੈਂਟ ਕੁਐਸਚਨ, ਫਟਾਫਟ ਤੁਸੀਂ ਸਾਰੇ ਦੇ ਸਾਰੇ ਕੈਂਡੀਡੇਟ ਜਿਹੜਾ ਹੈ ਇਸਦਾ ਜਵਾਬ ਦੇਣ ਦੀ ਕੋਸ਼ਿਸ਼ ਕਰੋ, ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਕਦੋਂ ਜਿੱਤਿਆ? ਅਤੇ ਸਹੀ ਜਵਾਬ ਜਿਹੜਾ ਹੈ ਦੋਸਤੋ ਇਹ ਬਣਦਾ ਹੈ ਬਈ 1818, ਆਪਸ਼ਨ ਡੀ, ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਜਿਹੜਾ ਹੈ 1818 ਨੂੰ ਜਿੱਤਿਆ ਸੀ। ਤਾਂ ਇਹ ਸੀ ਅੱਜ ਦੀ ਮੋਸਟ ਇੰਪੋਰਟੈਂਟ ਕਲਾਸ, ਹਾਲਾਂਕਿ ਕਲਾਸ ਥੋੜ੍ਹੀ ਜਿਹੀ ਛੋਟੀ ਰਹਿ ਗਈ, ਟਾਈਮ ਜਿਹੜਾ ਹੈ ਉਹ ਘੱਟ ਮਿਲਿਆ ਸੀ, ਬਾਕੀ ਕੋਸ਼ਿਸ਼ ਕਰਾਂਗੇ ਕੱਲ੍ਹ ਤੁਹਾਨੂੰ ਪੂਰੀ ਵੱਡੀ ਕਲਾਸ ਮਿਲ ਜੇ। ਬਟ ਤੁਸੀਂ ਵੀ ਦੋਸਤੋ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕਰਨਾ ਹੈ, ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ, ਅਤੇ ਜੇ ਚੈਨਲ 'ਤੇ ਨਵੇਂ ਹੋ ਤਾਂ ਬਾਈ ਸਬਸਕ੍ਰਾਈਬ ਵੀ ਕਰ ਲਿਓ। ਆਪਾਂ ਬਾਈ ਮਿਲਾਂਗੇ ਫਿਰ ਨੈਕਸਟ ਵੀਡੀਓ ਵਿੱਚ, ਉਦੋਂ ਤੱਕ ਦੇ ਲਈ ਰੱਬ ਰਾਖਾ।